सत श्री अकाल जी सारे पंजाबियों नूं, मैं तुहाडा अपना भगवंत मान। राजनीति दे विच कई वारी जिहड़ी चुप है वह भी वड्डे बयानां तों वड्डी हो जांदी है। मतलब बयान देण नालों चुप भी कई वारी वड्डे अर्थ रख जांदी है। अज पंजाब दी राजनीति दे विच बहुत वड्डे उथल पुथल हो रहे ने, पर एक बहुत ही गंभीर जिहड़ा उथल पुथल है जिहदा हजे पंजाब दे लोकां नूं नहीं पता लग्या, मैं उहदे बारे अज गल करनी चाहुंदा। जदों दी सुखदेव सिंह ढींडसा ने अपनी पार्टी बनाई है उहदा नाम श्रोमणी अकाली दल रख के कहा है कि असली श्रोमणी अकाली दल जिहड़ा असीं बनाया उह है, ते श्रोमणी अकाली दल बादल जिहड़ा उह बादल धड़ा है, इस करके उह तकड़ी ते वी चोण निशान ते अपना दावा कर रहे ने। ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ ਆਪਣੀ ਹੋਂਦ ਬਚਾਉਣ ਦੀ। ਪਰ ਜਦੋਂ ਦੀ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਬਣਾਈ ਹੈ, ਉਹ ਤੋਂ ਬਾਅਦ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਮੱਥਾ ਟੇਕ ਕੇ ਵੀ ਆਏ ਨੇ, ਐਕਟੀਵਿਟੀਆਂ ਵਧਾਤੀਆਂ ਉਹਨਾਂ ਨੇ, ਹਰ ਰੋਜ਼ ਉਹਨਾਂ ਦੇ ਬਿਆਨ ਵੀ ਆਉਂਦੇ ਆ, ਉਹਨਾਂ ਦੇ ਬੰਦੇ ਟੀਵੀ ਚੈਨਲਾਂ 'ਤੇ ਡਿਬੇਟ 'ਚ ਵੀ ਬਹਿੰਦੇ ਨੇ। ਪਰ ਹਰ ਗੱਲ 'ਤੇ ਪ੍ਰੈਸ ਕਾਨਫਰੰਸ ਕਰਨ ਵਾਲੇ ਵਿਕਰਮਜੀਤ ਮਜੀਠੀਆ ਅਤੇ ਉਹਨਾਂ ਦੀ ਭੈਣ ਹਰਸਿਮਰਤ ਕੌਰ ਵੱਲੋਂ ਇੱਕ ਵੀ ਲਫ਼ਜ਼ ਨਾ ਬੋਲਣਾ ਢੀਂਡਸਾ ਦੀ ਪਾਰਟੀ ਦੇ ਵਿਰੁੱਧ, ਜਾਂ ਪਾਰਟੀ ਬਣਾਉਣ ਦਾ ਜੋ ਉਹਨਾਂ ਨੇ ਕੀਤਾ ਪ੍ਰੋਸੈਸ ਉਹਦੇ ਵਿਰੁੱਧ ਨਾ ਬੋਲਣਾ, ਇਹ ਬਹੁਤ ਵੱਡੇ ਸਵਾਲ ਪੈਦਾ ਕਰਦਾ। ਅਸਲ ਦੇ ਵਿੱਚ ਵੱਡੇ ਬਾਦਲ ਸਾਹਿਬ ਤੇ ਮਜੀਠੀਆ ਦੀ ਠੰਡੀ ਜੰਗ ਤਾਂ ਬਹੁਤ ਦੇਰ ਪਹਿਲਾਂ ਤੋਂ ਜਾਰੀ ਸੀ, ਜਦੋਂ ਸੱਤਾ ਦੇ ਵਿੱਚ ਸੀਗੇ, ਮੁੱਖ ਮੰਤਰੀ ਸੀਗੇ ਬਾਦਲ ਸਾਹਿਬ, ਉਦੋਂ ਵੀ ਬਹੁਤ ਸਾਰੇ ਫੰਕਸ਼ਨਾਂ 'ਚ ਕਿਤੇ ਨਾ ਕਿਤੇ ਉਹ ਚੁਟਕੀ ਲੈ ਲੈਂਦੇ ਸੀ ਮਜੀਠੀਆ ਦੇ ਵਿਰੁੱਧ ਕਿ ਕਾਕਾ ਜੀ ਤੁਸੀਂ ਕਿਹੜਾ ਜੇਲ੍ਹਾਂ ਕੱਟੀਆਂ ਨੇ, ਤੁਹਾਨੂੰ ਤਾਂ ਹੀ ਥਾਲੀ 'ਚ ਧਰਤੀ ਵਜ਼ੀਰੀਆਂ ਮਿਲ ਗਈਆਂ, ਉਹ ਇੱਦਾਂ ਦੀਆਂ ਗੱਲਾਂ ਕਰਦੇ ਰਹਿੰਦੇ ਸੀ ਇਨਡਾਇਰੈਕਟਲੀ। ਸੋ ਹੁਣ ਮਜੀਠੀਆ ਦੀ ਚੁੱਪ ਅਤੇ ਹਰਸਿਮਰਤ ਕੌਰ ਦੀ ਚੁੱਪ ਜਿਹੜੀ ਹੈ ਉਹ ਕਿਤੇ ਨਾ ਕਿਤੇ ਅੱਧੀ ਹਮਾਇਤ ਹੈ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੀ ਪਾਰਟੀ ਦੀ। ਸੋ ਕਿਤੇ ਨਾ ਕਿਤੇ ਮਜੀਠੀਆ ਪਰਿਵਾਰ ਜਿਹੜਾ ਉਹ ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ਨੂੰ ਅਸਲੀ ਅਕਾਲੀ ਦਲ ਮੰਨਣ ਦੇ ਰੌਂ 'ਚ ਹੈ, ਜਾਂ ਫਿਰ ਇਹ ਕਹਿ ਲਓ ਕਿ ਇਹ ਸੰਕਟ ਦੇ ਮੌਕੇ ਸੁਖਬੀਰ ਬਾਦਲ ਨੂੰ ਇਕੱਲਾ ਛੱਡ ਦਿੱਤਾ ਗਿਆ, ਮਜੀਠੀਆ ਪਰਿਵਾਰ ਜਿਹੜਾ ਉਹ ਉਹਨਾਂ ਦੇ ਨਾਲ ਨਹੀਂ ਹੈਗਾ। ਇਸ ਗੱਲ ਦੇ ਸੰਕੇਤ ਜਿਹੜੇ ਨੇ ਉਹ ਇਸ ਗੱਲ ਤੋਂ ਵੀ ਜ਼ਿਆਦਾ ਪੁਖਤਾ ਹੋ ਜਾਂਦੇ ਨੇ ਕਿ ਸੁਖਬੀਰ ਬਾਦਲ ਦੇ ਜਨਮ ਦਿਨ 'ਤੇ ਕੇਕ ਕੱਟ ਕੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸੁਖਬੀਰ ਸਿਆਂ ਹੁਣ ਤੂੰ ਇਕੱਲਾ ਹੀ ਤਕੜਾ ਹੋ ਕੇ ਲੜ। ਸੋ ਕਹਿੰਦੇ ਆ ਪ੍ਰਕਾਸ਼ ਸਿੰਘ ਬਾਦਲ ਬਾਰੇ ਕਿ ਉਹ ਇਕੱਲੇ ਇਸ਼ਾਰਾ ਹੀ ਕਰਦਾ ਹੁੰਦਾ, ਉਹਦੇ ਢਿੱਡ ਦੀ ਗੱਲ ਨਹੀਂ ਦੱਸਦਾ। ਸੋ ਇਹ ਇਸ਼ਾਰਾ ਇਹ ਅੰਦਾਜ਼ਾ ਲਾਉਣ ਲਈ ਕਾਫੀ ਹੈ ਕਿ ਸੁਖਬੀਰ ਬਾਦਲ ਇਕੱਲੇ ਰਹਿ ਗਏ ਨੇ ਇਹ ਸੰਕਟ ਦੇ ਮੌਕੇ, ਜਦੋਂ ਉਹਨੂੰ ਤੱਕੜੀ ਚੋਣ ਨਿਸ਼ਾਨ ਜਾਂ ਆਪਣਾ ਅਕਾਲੀ ਦਲ ਦੀ ਹੋਂਦ ਬਚਾਉਣੀ ਪੈ ਰਹੀ ਹੈ। ਅਤੇ ਮਜੀਠਾ ਸਾਹਿਬ ਵਿਕਰਮਜੀਤ ਮਜੀਠਾ ਅਤੇ ਉਹਨਾਂ ਦੀ ਸੁਖਬੀਰ ਬਾਦਲ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਦਾ ਕੋਈ ਵੀ ਬਿਆਨ ਨਾ ਆਉਣਾ, ਕੁਛ ਵੀ ਨਾ ਬੋਲਣਾ, ਅਸਲ 'ਚ ਅੱਧੀ ਹਮਾਇਤ ਹੀ ਹੈ। ਅਤੇ ਮੇਰੇ ਕੁਛ ਭਰੋਸੇਯੋਗ ਸੂਤਰ ਜਿਹੜੇ ਨੇ ਉਹ ਇਹ ਵੀ ਦੱਸ ਰਹੇ ਨੇ ਕਿ ਮਾਝੇ ਦੇ ਅਕਾਲੀ ਦਲ ਬਾਦਲ ਦੇ ਵੱਡੇ ਲੀਡਰਾਂ ਨਾਲ ਮਜੀਠਾ ਸਾਹਿਬ ਸੰਪਰਕ ਕਰਕੇ ਉਹਨਾਂ ਨੂੰ ਢੀਂਡਸਾ ਸਾਹਿਬ ਦੀ ਪਾਰਟੀ ਵੱਲ ਜਾਣ ਦੀ ਪ੍ਰੇਰਨਾ ਦੇ ਰਹੇ ਨੇ। ਸੋ ਉਹ ਕਹਿੰਦੇ ਆ ਨਾ ਸਿਆਣੇ ਕਿ ਕਿਤੇ ਨਾ ਕਿਤੇ ਸੱਚ ਫਿਰ ਸਾਹਮਣੇ ਆ ਹੀ ਜਾਂਦਾ, ਪਰਮਾਤਮਾ ਦੀ ਕਚਹਿਰੀ ਜਿਹੜੀ ਹੈ ਉਹਦੇ ਵਿੱਚ ਇਨਸਾਫ ਹੋ ਹੀ ਜਾਂਦਾ। ਜਿੰਨੇ ਪਾਪ ਇਸ ਪਰਿਵਾਰ ਨੇ ਆਪਣੇ ਪੁਰਾਣੇ 10 ਸਾਲਾਂ ਦੇ ਰਾਜ ਦੌਰਾਨ ਕੀਤੇ, ਗਰੀਬਾਂ ਦੇ ਹੱਕ ਖੋਏ, ਲੋਕਾਂ ਨੂੰ ਲੁੱਟਿਆ ਕੁੱਟਿਆ, ਗੁਰੂ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਉਹਨਾਂ ਬੇਅਦਬੀਆਂ ਦੇ ਵਿੱਚ ਕਿਵੇਂ ਜਾਂਚਾਂ ਨੂੰ ਪ੍ਰਭਾਵਿਤ ਕੀਤਾ, ਆਪ ਬਚਣ ਦੀਆਂ ਕੋਸ਼ਿਸ਼ਾਂ, ਆਪ ਬਰੀ ਹੋਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ, ਤਾਂ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਕਿ ਸ਼ਾਇਦ ਇੱਥੋਂ ਵਾਲੀਆਂ ਕਚਹਿਰੀਆਂ 'ਚੋਂ ਵੱਡੇ ਵਕੀਲ ਕਰਕੇ ਜਾਂ ਪੈਸੇ ਨਾਲ ਗਵਾਹਾਂ ਨੂੰ ਮੁਕਰਾ ਕੇ ਤੁਸੀਂ ਸ਼ਾਇਦ ਇੱਥੋਂ ਵਾਲੀਆਂ ਕਚਹਿਰੀਆਂ 'ਚੋਂ ਬਰੀ ਹੋ ਜਾਓਗੇ, ਪਰ ਪਰਮਾਤਮਾ ਦੀ ਕਚਹਿਰੀ ਅਤੇ ਲੋਕਾਂ ਦੀ ਕਚਹਿਰੀ 'ਚ ਤੁਹਾਨੂੰ ਵਕੀਲ ਨਹੀਂ ਲੱਭਣਾ। ਸੋ ਅੱਜ ਇਹ ਜਿਹੜੀ ਹਾਲਤ ਹੋ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਹ ਕਿਤੇ ਨਾ ਕਿਤੇ ਪਾਪਾਂ ਦਾ ਨਤੀਜਾ ਹੀ ਹੈ, ਇਹਨਾਂ ਨੂੰ ਸਜ਼ਾ ਮਿਲ ਰਹੀ ਹੈ। ਕਿਉਂਕਿ ਪਰਮਾਤਮਾ ਦੀ ਉਹ ਕਹਿੰਦੇ ਆ ਨਾ ਕਿ ਰੱਬ ਦੀ ਸੋਟੀ ਜਦੋਂ ਚੱਲਦੀ ਹੈ ਉਹਦਾ ਖੜਕਾ ਨਹੀਂ ਹੁੰਦਾ, ਸੋ ਉਹ ਸੋਟੀ ਚੱਲ ਰਹੀ ਹੈ। ਮਜੀਠਾ ਪਰਿਵਾਰ ਦਾ ਚੁੱਪ ਰਹਿਣਾ ਇਸ ਗੱਲ ਦਾ ਸੰਕੇਤ ਹੈ ਕਿ ਉਹ ਕਿਤੇ ਨਾ ਕਿਤੇ ਸੁਖਬੀਰ ਬਾਦਲ ਨੂੰ ਜਾਂ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਤੁਸੀਂ ਸਾਡੇ ਨਾਲ ਜੋ ਕੀਤੀ ਹੈ ਅਸੀਂ ਤੁਹਾਡੇ ਨਾਲ ਤੋਂ ਦੁੱਗਣੀ ਕਰਾਂਗੇ। ਹੁਣ ਅੱਗੇ ਤਾਂ ਆਉਣ ਵਾਲਾ ਸਮਾਂ ਦੱਸੂਗਾ, ਪਰ ਇਹ ਗੱਲ ਬਿਲਕੁਲ ਸਾਫ਼ ਨਜ਼ਰ ਆ ਰਹੀ ਹੈ ਕਿ ਖਾਨਾ ਜੰਗੀ ਵੱਲ ਇਹ ਦੋਨੋਂ ਪਰਿਵਾਰ ਵੱਧ ਰਹੇ ਨੇ।
लुट दे पैसे नूं वंडण दा रौला भी पै गया। लोकां दीआं जिहड़ीआं मैं कहिंदा हुंदा अक्सर अपने भाषणां च कि गरीब दी हाथ ते परमात्मा दी दरगाह दा सिद्धा राबता हुंदा। सो गरीबां दीआं जिहड़ीआं बददुआवां लईआं ने ओह किते ना किते इहनां दे सामणे आउणगीआं। ते अज सुखदेव सिंह ढींडसा दी पार्टी दे हक च जिहड़ा मजीठा परिवार वल्लों माझे दे लीडरां नूं प्रेरणा देना इस गल दा संकेत है कि हुण आउण वाले दिनां दे विच इह जिहड़े परिवारक झगड़े ने इहनां दे इह काफ़ी बदलगे। तो चलो असी तो दुआ करते हैं प्रकाश सिंह बादल जी थोड़ी सेहत ठीक रहे ते तुसी पुत्र मोह दे विच पै के जिन्ना पंजाब का नुकसान किया ते जिन्ना अपनी कुरबानिया ते मोर्चे लाने वाली पार्टी अकाली दल का नुकसान किया वो अखी देख के जाओ। तो यही गल कहना चाहूँगा मैं कि आने वाले दिनों राजनीतिक समीकरण बदलने पर आम आदमी पार्टी जी है वह लोगों के मसले चकती रहेगी। ये जो मर्जी करी जान जो मर्जी आपस लड़ी जान जो मर्जी आपस बयान दी जान पर हाँ इन्ना क मैनू पता है हर गल ते प्रेस कॉन्फ्रेंस करने वाले बिक्रमजीत मजीठी का नाम बोलना कितने ना कितने अकाली दल बादल लई खतरे की वड्डी घंटी है।